ਅੱਜ ਤੁਹਾਨੂੰ ਸਿਖਾਉਂਗਾ ਮੈਂ ਆਪਾਂ ਆਪਣੇ ਘਰ ਦੇ ਵਿੱਚ ਕੌਫੀ ਕਿਸ ਤਰ੍ਹਾਂ ਬਣਾ ਸਕਦੇ ਹਾਂ। ਜੋ ਜੋ ਇਸਦੇ ਵਿੱਚ ਸਮਾਨ ਪੈਂਦਾ ਉਹ ਤੁਹਾਨੂੰ ਮੈਂ ਸਾਰਾ ਦੱਸੂਗਾ। ਚਲੋ ਜੀ ਕਰਦੇ ਹਾਂ ਸ਼ੁਰੂ ਫਿਰ ਆਪਾਂ ਆਪਣੇ ਘਰ ਦੇ ਵਿੱਚ ਕੌਫੀ ਕਿਸ ਤਰ੍ਹਾਂ ਬਣਾਵਾਂਗੇ। ਜਾਨ ਮਹਲ ਵੀਡੀਓ ਯੂਟਿਊਬ ਚੈਨਲ ਜਿੱਥੇ ਅਸੀਂ ਆਪਣੀ ਪੰਜਾਬੀ ਬੋਲੀ 'ਚ ਵੀਡੀਓ ਬਣਾ ਕੇ ਪਾਈਆਂ ਹੋਈਆਂ ਨੇ। ਆਹ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਦੇ ਵਿੱਚ ਤੁਸੀਂ ਮਿਲ ਕੇ ਕਿਸ ਤਰ੍ਹਾਂ ਬਣਾ ਸਕਦੇ ਹੋ ਜਾਂ ਬੇਸਣ ਦੀ ਬਰਫੀ ਕਿਸ ਤਰ੍ਹਾਂ ਬਣਾ ਸਕਦੇ ਹੋ। ਇਸੇ ਨਾਂ 'ਤੇ ਸਾਡਾ ਜਾਨ ਮਹਲ ਵੀਡੀਓ ਨਾਂ ਦਾ ਇੱਕ ਫੇਸਬੁੱਕ ਪੇਜ ਵੀ ਹੈਗਾ ਜਿੱਥੇ ਤੁਸੀਂ ਸਾਡੇ ਨਾਲ ਲਾਈਵ ਚੈਟ ਕਰ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੋਵੇ ਤੁਸੀਂ ਸਾਨੂੰ ਲਾਈਵ ਚੈਟ ਕਰ ਸਕਦੇ ਹੋ ਇਸ ਪੇਜ ਪਰ ਜਾ ਕੇ, ਅਤੇ ਸਾਡੀ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਦੂਜਿਆਂ ਨਾਲ। 2 ਕੱਪ ਕੌਫੀ ਬਣਾਉਣ ਵਾਸਤੇ ਜੋ ਸਮਾਨ ਲਿੱਤਾ ਉਹ ਤੁਹਾਨੂੰ ਮੈਂ ਦੱਸਦਾ। ਮੈਂ 2 ਕੱਪ ਦੁੱਧ ਲਿੱਤਾ ਅਤੇ 1 ਚਮਚ ਆਪਾਂ ਕੌਫੀ ਦੇ ਲਵਾਂਗੇ ਅਤੇ 3 ਚਮਚ ਇਸ ਦੇ ਵਿੱਚ ਚੀਨੀ ਦੇ ਪਾਉਂਗੇ। ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਉਹ ਤੁਹਾਨੂੰ ਮੈਂ ਦੱਸਦਾ। ਤੁਸੀਂ ਇੱਕ ਗਲਾਸ ਲੈਣਾ ਜਿਸ ਦਾ ਇਸ ਤਰ੍ਹਾਂ ਉੱਪਰ ਮੂੰਹ ਖੁੱਲ੍ਹਾ ਜਿਹਾ ਹੋਵੇ। ਜੇ ਤੁਹਾਡਾ ਦੂਜਾ ਗਲਾਸ ਉਹ ਵੀ ਚੱਲ ਸਕਦਾ, ਪਰ ਜੇ ਇਸ ਦੇ ਨਾਲ ਜ਼ਿਆਦਾ ਵਧੀਆ ਬਣ ਸਕਦਾ। ਠੀਕ ਹੈ ਜੀ, ਇਸ ਦੇ ਵਿੱਚ ਆਪਾਂ 1 ਚਮਚਾ ਕੌਫੀ ਦਾ ਪਾਵਾਂਗੇ। ਮੈਂ 1 ਚਮਚਾ ਕੌਫੀ ਦਾ ਪਾਇਆ ਇਸ ਦੇ ਵਿੱਚ ਅਤੇ ਆਪਾਂ ਇਸ ਦੇ ਵਿੱਚ 3 ਚਮਚੇ ਚੀਨੀ ਦੇ ਪਾਵਾਂਗੇ। ਉਸ ਤੋਂ ਬਾਅਦ ਆਪਾਂ ਇਸ ਨੂੰ ਮਿਕਸ ਕਰਾਂਗੇ। ਮਿਕਸ ਕਰਨ ਤੋਂ ਬਾਅਦ ਆਪਾਂ ਇਸ ਦੇ ਵਿੱਚ 1 ਚਮਚਾ ਪਾਣੀ ਦਾ ਪਾਵਾਂ, 1 ਜਾਂ 2 ਚਮਚੇ ਬਸ, ਜ਼ਿਆਦਾ ਪਾਣੀ ਨਹੀਂ ਪਾਉਣਾ ਤੁਸੀਂ। ਹੁਣ ਤੁਸੀਂ ਇਸ ਨੂੰ ਇਸ ਤਰ੍ਹਾਂ 2 ਤੋਂ 3 ਮਿੰਟ ਹਿਲਾਈ ਜਾਣਾ। ਮੈਨੂੰ ਹੁਣ ਤਕਰੀਬਨ ਇਸ ਨੂੰ ਹਿਲਾਉਂਦੇ ਨੂੰ 2 ਤੋਂ 3 ਮਿੰਟ ਹੋ ਚੁੱਕੇ ਨੇ। ਦੇਖੋ ਇਸ ਦਾ ਕਲਰ ਵੀ ਥੋੜ੍ਹਾ ਚੇਂਜ ਹੋ ਚੁੱਕਿਆ। ਫਿਰ ਆਪਾਂ ਇਸ ਦੇ ਵਿੱਚ 2 ਚਮਚੇ ਪਾਣੀ ਦੇ ਪਾਉਂਗੇ। ਤੁਸੀਂ ਇੱਕੋ ਟਾਈਮ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ, 2 ਚਮਚੇ ਪਹਿਲਾਂ ਪਾਣੀ ਦੇ ਪਾਉਣੇ, ਉਸ ਤੋਂ ਬਾਅਦ ਫਿਰ ਤੁਸੀਂ 2 ਚਮਚੇ ਇਸ ਦੇ ਵਿੱਚ ਪਾਣੀ ਦੇ ਪਾਉਣੇ ਆ। ਫਿਰ ਆਪਾਂ ਇਸ ਨੂੰ ਮਿਕਸ ਕਰਾਂਗੇ। ਜਦੋਂ ਤੁਸੀਂ ਦੂਜੀ ਵਾਰ ਪਾਣੀ ਪਾਉਣਾ ਫਿਰ ਤੁਸੀਂ ਇਸਨੂੰ 5 ਮਿੰਟ ਹਿਲਾਉਣਾ ਇਸ ਤਰ੍ਹਾਂ। ਠੀਕ ਹੈ ਜੀ, 5 ਮਿੰਟ ਤੁਸੀਂ ਇਸ ਨੂੰ ਇਸ ਤਰ੍ਹਾਂ ਹਿਲਾਈ ਜਾਣਾ, ਇਸ ਦੇ ਵਿੱਚ ਜੋ ਚੀਨੀ ਪਾਈ ਆਪਾਂ ਨੇ ਐਨ ਚੰਗੀ ਤਰ੍ਹਾਂ ਇਸ ਦੇ ਵਿੱਚ ਘੁਲ ਜਾਵੇ। ਠੀਕ ਹੈ ਜੀ, ਦੂਜੀ ਵਾਰ ਪਾਣੀ ਪਾਉਣ ਤੋਂ ਬਾਅਦ ਤੁਸੀਂ ਇਸ ਨੂੰ 5 ਮਿੰਟ ਹਿਲਾਉਣਾ, ਜੋ ਇਸ ਦੇ ਵਿੱਚ ਆਪਾਂ ਨੇ ਚੀਨੀ ਪਾਈ ਹੈ ਨਾ, ਐਨ ਚੰਗੀ ਤਰ੍ਹਾਂ ਘੁਲ ਜਾਵੇ। ਤਾਂ ਤੁਸੀਂ ਦੇਖ ਸਕਦੇ ਹੋ ਮੈਨੂੰ ਤਕਰੀਬਨ ਹੁਣ ਪੂਰੇ 5 ਮਿੰਟ ਹੋ ਚੁੱਕੇ ਆ ਅਤੇ ਸਿੱਧਾ ਘੋਲ ਤਿਆਰ ਹੋ ਚੁੱਕਿਆ ਕੌਫੀ ਬਣਾਉਣ ਵਾਸਤੇ। ਠੀਕ ਹੈ ਜੀ, ਥੋੜ੍ਹਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਦੇਖੋ ਹੁਣ ਤੁਹਾਨੂੰ ਮੈਂ ਇੱਕ ਚੀਜ਼ ਹੋਰ ਵੀ ਦੱਸਣਾ ਚਾਹੁੰਦਾ, ਤੁਸੀਂ ਇਸ ਨੂੰ ਤਕਰੀਬਨ 1 ਹਫ਼ਤੇ ਵਾਸਤੇ ਸਟੋਰ ਕਰਕੇ ਵੀ ਰੱਖ ਸਕਦੇ ਆਪਣੇ ਫਰਿੱਜ ਦੇ ਵਿੱਚ। ਠੀਕ ਹੈ ਜੀ, ਜਦੋਂ ਕੋਈ ਗੈਸਟ ਆਵੇ ਤੁਸੀਂ ਇਸਦੇ 1 ਜਾਂ 2 ਚਮਚੇ ਪਾਉਣੇ ਆ ਅਤੇ 1 ਕੱਪ ਕੌਫੀ ਦਾ ਬਣਾ ਕੇ ਦੇ ਸਕਦੇ ਆ। ਠੀਕ ਹੈ ਜੀ, ਉਸ ਤੋਂ ਬਾਅਦ ਇੱਕ ਤੁਸੀਂ ਪਤੀਲੇ ਵਿੱਚ ਦੁੱਧ ਪਾ ਲੈਣਾ। ਇਸ ਦੁੱਧ ਨੂੰ ਆਪਾਂ ਉਬਾਲੀ ਦਵਾਵਾਂਗੇ। ਮੈਂ ਤੁਹਾਨੂੰ ਕੁਝ ਹੋਰ ਵੀ ਦੱਸਣਾ ਚਾਹੁੰਦਾ, 1 ਚਮਚਾ ਕੌਫੀ ਦਾ ਅਤੇ 3 ਚਮਚਾ ਚੀਨੀ ਦੇ, ਇਸ ਨਾਲ ਤੁਸੀਂ 2 ਕੱਪ ਕੌਫੀ ਦੇ ਬਣਾ ਸਕਦੇ ਹਾਂ। ਠੀਕ ਹੈ, ਜੇ ਤੁਸੀਂ ਥੋੜ੍ਹਾ ਜ਼ਿਆਦਾ ਸਟਰੋਂਗ ਕਰਨਾ ਚਾਹੁੰਦੇ ਹਾਂ ਤੁਸੀਂ ਉਹ ਕੌਫੀ ਹੋਰ ਜ਼ਿਆਦਾ ਪਾ ਸਕਦੇ ਹਾਂ, ਜੇ ਤੁਸੀਂ ਜ਼ਿਆਦਾ ਮਿੱਠਾ ਕਰਨਾ ਚਾਹੁੰਦੇ ਹਾਂ ਤੁਸੀਂ ਚੀਨੀ ਹੋਰ ਜ਼ਿਆਦਾ ਪਾ ਸਕਦੇ ਹਾਂ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਰ ਇਹ ਜੋ ਤੁਹਾਨੂੰ ਮੈਂ ਦੱਸਿਆ ਪਹਿਲਾਂ 1 ਚਮਚਾ ਕੌਫੀ ਦਾ ਅਤੇ 3 ਚਮਚੇ ਚੀਨੀ ਦੇ, ਇਹ 2 ਕੱਪਾਂ ਵਾਸਤੇ ਬਹੁਤ ਹੈ। ਆਹ ਤੁਸੀਂ ਦੇਖ ਸਕਦੇ ਹੋ ਜੋ ਮੈਂ ਇਸ ਦੇ ਵਿੱਚ ਦੁੱਧ ਪਾਇਆ ਸੀ ਉਸਨੂੰ ਉਬਾਲੀ ਆ ਚੁੱਕੀ ਆ। ਠੀਕ ਹੈ ਜੀ, ਅਤੇ ਹੁਣ ਮੈਂ ਇਸ ਦੀ ਗੈਸ ਥੋੜ੍ਹੀ ਘੱਟ ਕਰ ਦੂੰਗਾ। ਜੇ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਹੈਗਾ ਤੁਸੀਂ ਉਸ ਨਾਲ ਵੀ ਐਨ ਚੰਗੀ ਤਰ੍ਹਾਂ ਇਸ ਨੂੰ ਹਿਲਾਈ ਜਾਣਾ, ਠੀਕ ਹੈ, ਗੈਸ ਘੱਟ ਕਰਕੇ। ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਨਹੀਂ ਹੈਗਾ ਤੁਸੀਂ ਇੱਕ ਗਲਾਸ ਲੈਣਾ, ਉਸਨੂੰ ਚੰਗੀ ਤਰ੍ਹਾਂ ਫੈਟ ਲੈਣਾ ਚੰਗੀ ਤਰ੍ਹਾਂ, ਜਿਸ ਤਰ੍ਹਾਂ ਇਹਦੇ ਵਿੱਚ ਐਨ ਚੈੱਕ ਹੋ ਜਾਵੇ। ਠੀਕ ਹੈ ਜੀ, ਜੇ ਨਹੀਂ ਹੈਗਾ ਤੁਹਾਡੇ ਕੋਲ ਫਿਰ ਤੁਹਾਨੂੰ ਮੈਂ ਦੱਸਦਾ ਆਪਣੇ ਕੀ ਕਰਨਾ। ਠੀਕ ਹੈ, ਤੁਸੀਂ ਇੱਕ ਗਲਾਸ ਲੈਣਾ ਇਸ ਤਰ੍ਹਾਂ, ਦੇਖੋ ਮੈਂ ਗਲਾਸ ਲਿੱਤਾ ਇੱਕ ਵੱਡਾ, ਇਸ ਨੂੰ ਉਸ ਗਲਾਸ ਵਿੱਚ ਪਾ ਲੈਣਾ। ਇਸ ਤਰ੍ਹਾਂ ਉੱਚਾ ਉੱਚਾ ਕਰਕੇ ਇਸਨੂੰ ਇਸ ਵਿੱਚ ਚੱਕ ਕਰ ਦੇਣੀ ਇਸ ਤਰ੍ਹਾਂ। ਬਸ 2 ਜਾਂ 3 ਵਾਰ ਤੁਹਾਡੀ ਕਰਨਾ ਇਸ ਦੇ ਉੱਪਰ ਚੱਕ ਆ ਜੂਗੀ। ਠੀਕ ਹੈ ਜੀ, ਅਤੇ ਇਸ ਵਾਰ ਤੁਸੀਂ ਦੇਖ ਸਕਦੇ ਝੱਗ ਆ ਚੁੱਕੀ ਹੈ। ਅਤੇ ਹੁਣ ਆਪਾਂ ਫਿਰ ਇਸ ਨੂੰ ਗੈਸ ਪਰ ਰੱਖ ਦੇਵਾਂਗੇ ਅਤੇ ਗੈਸ ਨੂੰ ਹੁਣ ਆਪਾਂ ਮੀਡੀਅਮ ਸੇਕ ਪਰ ਚਲਾਵਾਂਗੇ। ਗੈਸ ਨੂੰ ਮੀਡੀਅਮ ਸੇਕ ਪਰ ਚਲਾਉਣ ਤੋਂ ਬਾਅਦ, ਠੀਕ ਹੈ ਜੀ, ਫਿਰ ਆਪਾਂ ਇਸ ਦੇ ਵਿੱਚ ਆਹ ਜੋ ਆਪਾਂ ਨੇ ਪਹਿਲਾਂ ਮਿਸ਼ਰਣ ਤਿਆਰ ਕੀਤਾ ਇਹ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ।
ਇਸਦੇ ਵਿੱਚ ਮਿਕਸ ਕਰਾਂਗੇ। ਥੋੜ੍ਹੇ ਇਸ ਤਰ੍ਹਾਂ ਹਿਲਾਉਣ ਤੋਂ ਬਾਅਦ ਫਿਰ ਆਪਾਂ ਇਸ 'ਤੇ ਗੈਸ ਕਰ ਦੇਵਾਂਗੇ ਬੰਦ। ਹੁਣ ਮੈਂ ਤੁਹਾਨੂੰ ਇਸਨੂੰ ਦੋ ਕੱਪਾਂ 'ਚ ਕੱਢ ਕੇ ਦਿਖਾਉਂਦਾ। ਮੈਂ ਕੌਫੀ ਦੋ ਕੱਪਾਂ 'ਚ ਪਾ ਦਿੱਤੀ ਸੀ, ਉਸ ਤੋਂ ਬਾਅਦ ਆਪਾਂ ਥੋੜ੍ਹੀ ਜਿਹੀ ਇਸ ਦੇ ਉੱਪਰ ਕੌਫੀ ਬਰੂੜ ਦੇਵਾਂਗੇ। ਦੇਖੋ ਇਸ ਤਰ੍ਹਾਂ ਤੁਸੀਂ ਉੱਪਰ ਥੋੜ੍ਹੀ ਜਿਹੀ ਕੌਫੀ ਬਰੂੜ ਦੇਣੀ ਹੈ ਇਸ ਦੇ ਉੱਪਰ, ਜਾਂ ਫਿਰ ਤੁਸੀਂ ਜੋ ਕੌਫੀ ਦਾ ਮਿਸ਼ਰਣ ਪਹਿਲਾਂ ਤਿਆਰ ਕੀਤਾ ਉਹ ਵੀ ਇੱਕ ਚਮਚ ਇਸ ਤਰ੍ਹਾਂ ਉੱਪਰ ਪਾ ਦੇਣਾ, ਸਿਰਫ ਡੈਕੋਰੇਸ਼ਨ ਵਾਸਤੇ। ਇਹ ਹੁਣ ਆਪਣੀ ਕੌਫੀ ਬਣ ਕੇ ਬਿਲਕੁਲ ਰੇਡੀ ਹੈ। ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੌਫੀ ਬਣਾਉਣੀ ਜ਼ਰੂਰ ਟਰਾਈ ਕਰਿਓ, ਅਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ 'ਚ ਜ਼ਰੂਰ ਦੱਸਿਓ, ਮੇਰੀ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ 'ਚ।